ਸਾਰੇ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ IPS SSP ਸਾਹਿਬ ਫਰੀਦਕੋਟ, ਜੋ ਸਾਡੇ ਸਭ ਦੇ ਸਤਿਕਾਰਯੋਗ ਨੇ, ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਮੁਖੀ, ਉਹਨਾਂ ਦੇ ਮੈਂਬਰ ਸਾਹਿਬਾਨ, ਬਾਕੀ ਵੱਖ ਵੱਖ ਅਦਾਰਿਆਂ ਤੋਂ ਸੰਸਥਾਵਾਂ ਤੋਂ ਆਏ ਹੋਏ ਸਾਰੇ ਸਤਿਕਾਰਯੋਗ ਸੱਜਣ, ਮੇਰੇ ਦੋਸਤ, ਇਹ ਸਫਲ ਰਹੇ। ਮੈਂ ਵਿਸ਼ੇਸ਼ ਧੰਨਵਾਦ ਮਾਨਯੋਗ SSP ਸਾਹਿਬ ਦਾ ਕਰਦਾ, ਜਿਨ੍ਹਾਂ ਨੇ ਮੇਰੇ 'ਤੇ ਮੇਰੀ ਸਰਵਿਸ ਦੇ ਅੰਤਲੇ ਦਿਨ ਤੱਕ ਭਰੋਸਾ ਕਰਦੇ ਹੋਏ ਮੈਨੂੰ ਬਤੌਰ ਮੁੱਖ ਅਫਸਰ ਲਗਾਈ ਰੱਖਿਆ। ਸੋ ਮੈਂ 1997 ਵਿੱਚ ਇਸ ਸ਼ਹਿਰ ਫਰੀਦਕੋਟ ਵਿੱਚ ਬਤੌਰ ਮੁੱਖ ਮੰਸ਼ੀ ਸਿਟੀ ਫਰੀਦਕੋਟ ਤੋਂ ਸ਼ਹਿਰ ਫਰੀਦਕੋਟ ਵਿੱਚ ਜਿਹੜੀ ਸਰਵਿਸ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਮੈਂ ਇੱਥੇ ਤਫਤੀਸ਼ੀ, ਡਿਸਟ੍ਰਿਕਟ ਟ੍ਰੈਫਿਕ ਇੰਚਾਰਜ ਔਰ ਹੋਰ ਵੀ, ਅਤੇ 2 ਵਾਰ ਥਾਣਾ ਸਿਟੀ ਦਾ ਮੁੱਖ ਅਫਸਰ ਡਿਊਟੀ ਕੀਤੀ ਹੈ। ਮੈਨੂੰ ਜੋ ਸੰਸਥਾਵਾਂ ਤੁਸੀਂ ਅੱਜ ਆਈ ਹੋ, ਸਭ ਤੋਂ ਹੀ ਡਿਊਟੀ ਦੌਰਾਨ ਬੜਾ ਵਧੀਆ ਸਹਿਯੋਗ ਮਿਲਦਾ ਰਿਹਾ। ਮੈਨੂੰ ਕਦੇ ਵੀ ਕਿਸੇ ਸਹਾਇਤਾ ਦੀ ਲੋੜ ਪਈ ਤਾਂ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ। ਮੇਰਾ ਕਦੇ ਵੀ ਕਿਸੇ ਸ਼ਹਿਰੀ ਨਾਲ, ਨਿਵਾਸੀ ਨਾਲ ਕਦੇ ਕੋਈ ਤਕਰਾਰ ਨਹੀਂ ਹੋਇਆ, ਕਿਸੇ ਨਾਲ ਕੋਈ ਗੁੱਸਾ ਨਹੀਂ ਹੋਇਆ, ਸਿਵਾਏ ਪ੍ਰਵੀਨ ਕਾਲਾ ਜੀ ਤੋਂ। ਇਹਨਾਂ ਨਾਲ 2-3 ਵਾਰ ਤਕਰਾਰ ਹੋਇਆ ਸ਼ਬਦਾਂ ਦਾ, ਵਿਚਾਰਾਂ ਦਾ। ਇਹ ਅਸਲ ਵਿੱਚ ਪੁਲਿਸ ਦੇ ਸੱਚੇ ਦੋਸਤ ਨੇ, ਇਹ ਪੁਲਿਸ ਦੀਆਂ ਗਲਤੀਆਂ ਦੱਸਦੇ ਰਹਿੰਦੇ ਨੇ ਅਤੇ ਮੈਂ ਇਹਨਾਂ ਨਾਲ ਬਾਈਟ ਕਰਦਾ ਰਹਿੰਦਾ ਸੀ ਕਿ ਇਹ ਤਾਂ ਇੱਦਾਂ ਹੈ, ਇਹ ਇੱਦਾਂ। ਹੋਰ ਮੇਰਾ ਕਦੇ ਕਿਸੇ ਨਾਲ ਹੋਰ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ, ਕਿਸੇ ਨਾਲ ਕਦੇ ਕੋਈ ਗੁੱਸਾ ਨਹੀਂ ਹੋਇਆ। ਮੈਨੂੰ ਸਭ ਨੇ ਸਹਿਯੋਗ ਦਿੱਤਾ। ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ, ਮੇਰਾ ਮਾਣ ਵਧਾਉਣ ਆਏ ਹੋਏ ਸੱਜਣਾਂ ਦਾ ਸਭ ਦਾ ਸ਼ੁਕਰੀਆ ਅਦਾ ਕਰਦਾ, ਧੰਨਵਾਦ ਕਰਦਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੇਰਾ ਮਾਣ ਵਧਾਇਆ, ਮੈਨੂੰ ਇੱਕ ਨਵੀਂ ਐਨਰਜੀ ਦਿੱਤੀ। ਦੁਬਾਰਾ ਫਿਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ।